ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਸੰਦੀਪ ਕੋਕਰ ਲਰਨਿੰਗਸ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜੋ ਪੰਜਾਬ ਦੇ ਅਕਤੂਬਰ 2022 ਦੇ ਲਈ ਕਰੰਟ ਅਫੇਅਰਸ ਨੇ ਉਹ ਡਿਸਕਸ ਕਰਾਂਗੇ ਜੀ ਸੋ ਫਰਸਟ ਆਫ ਆਲ ਆਪਾਂ ਡਿਸਕਸ ਕਰਦੇ ਹੈਗੇ ਸਟੱਬਲ ਬਰਨਿੰਗ ਦੇ ਬਾਰੇ ਦੇਖੋ ਇਸੇ ਬਾਰੇ ਆਪਾਂ ਨੂੰ ਪਤਾ ਕਿ ਪੰਜਾਬ ਦੇ ਵਿੱਚ ਜੋ ਕਣਕਿਆ ਝੋਨੇ ਦਾ ਨਾੜ ਨੂੰ ਅੱਗ ਲਾਈ ਜਾਂਦੀ ਹੈ ਉਦੋਂ ਕਰਕੇ ਬਹੁਤ ਜ਼ਿਆਦਾ ਪ੍ਰਦੂਸ਼ਣ ਹੁੰਦਾ ਸੋ ਉਸ ਪ੍ਰਦੂਸ਼ਣ ਨੂੰ ਰੋਕਣ ਲਈ ਪੰਜਾਬ ਸਰਕਾਰ ਦੇ ਵੱਲੋਂ ਇੱਕ 8 ਪੁਆਇੰਟ ਜਿਹੜਾ ਪਲਾਨ ਆ ਦੇਖੋ ਉਹ ਤਿਆਰ ਕੀਤਾ ਗਿਆ ਸੀ ਥਿਸ ਇਜ਼ ਰੀਲੀ ਇੰਪੋਰਟੈਂਟ ਤੁਹਾਨੂੰ ਡਾਇਰੈਕਟ ਕੁਐਸਚਨ ਪੁੱਛਿਆ ਜਾ ਸਕਦਾ ਪੁੱਛਿਆ ਜਾ ਸਕਦਾ ਕਿ ਕਿੰਨੇ ਪੁਆਇੰਟ ਜਿਹੜਾ ਪਲਾਨ ਆ ਉਹ ਗਵਰਨਮੈਂਟ ਵੱਲੋਂ ਤਿਆਰ ਕੀਤਾ ਗਿਆ ਤੇ ਉਹਦਾ ਆਨਸਰ ਕੀ ਹੋਊਗਾ 8 ਪੁਆਇੰਟ ਪਲਾਨ ਇਹਦੇ ਅੰਦਰ ਦੇਖੋ ਕੀ ਕੀਤਾ ਗਿਆ ਗਵਰਨਮੈਂਟ ਵੱਲੋਂ ਕਿ 1.2 ਲੱਖ ਇਨ ਸਿਟੂ ਪੈਡੀਸਟ੍ਰੋ ਮੈਨੇਜਿੰਗ ਮਸ਼ੀਨ ਜਿਹੜੀਆਂ ਹੈਗੀਆਂ ਉਹ ਡਿਸਟ੍ਰਿਬਿਊਟ ਕੀਤੀਆਂ ਗਈਆਂ ਸੀ ਦੇਖੋ ਇੰਸੀਟੂ ਦਾ मीनिंग ਕੀ ਹੈ ਇਹ ਜਿਹੜੀਆਂ ਮਸ਼ੀਨਾਂ ਹੋਣਗੀਆਂ ਉਹ ਪਰਾਲੀ ਦਾ ਖੇਤ ਦੇ ਵਿੱਚ ਹੀ ਨਿਵੇੜਾ ਕਰ ਦੇਣਗੇ ਜਿਵੇਂ ਆਪਾਂ ਦੇਖਦੇ ਹਾਂ ਕਿ ਜਿਹੜੀ ਪਰਾਲੀ ਹੁੰਦੀ ਹੈ ਉਹਨਾਂ ਨੂੰ ਖੇਤਾਂ ਦੇ ਵਿੱਚ ਹੀ ਵੜ ਦਿੱਤਾ ਜਾਂਦਾ ਐਂਡ ਉਸ ਤੋਂ ਬਾਅਦ ਉਹਨੂੰ ਖੇਤਾਂ ਦੇ ਵਿੱਚ ਵਾਹ ਦਿੱਤਾ ਜਾਂਦਾ ਇਸ ਤੋਂ ਇਲਾਵਾ ਗਵਰਨਮੈਂਟ ਵੱਲੋਂ ਦੇਖੋ ਕ੍ਰੌਪ ਰੈਜ਼ੀਡਿਊ ਮੈਨੇਜਮੈਂਟ ਜਿਹੜੀਆਂ ਮਸ਼ੀਨਸ ਵੀ ਪ੍ਰੋਵਾਈਡ ਕਰਵਾਈਆਂ ਗਈਆਂ ਸੀ ਜਿਹਦੇ ਅੰਡਰ ਕੀ ਹੈ ਦੇਖੋ ਗਵਰਨਮੈਂਟ ਵੱਲੋਂ ਜਿਹੜੀ ਪਰਾਲੀ ਆ ਉਹਨੂੰ ਰੋਲ ਕਰਕੇ ਜਿਹੜੀ ਹੈਗੀ ਇੱਕ ਥਾਂ ਦੇ ਇਕੱਠਾ ਕੀਤਾ ਜਾਂਦਾ ਐਂਡ ਉਸ ਤੋਂ ਬਾਅਦ ਦਾ ਨਵਟਾਰਾ ਕੀਤਾ ਜਾਂਦਾ ਇਸ ਤੋਂ ਇਲਾਵਾ ਜੀ ਗਵਰਨਮੈਂਟ ਵੱਲੋਂ ਬਹੁਤ ਸਾਰੇ ਜਿਹੜੇ ਡਿਪਾਰਟਮੈਂਟਸ ਨੇ ਲਾਈਕ ਹੈਲਥ ਡਿਪਾਰਟਮੈਂਟ ਹੋ ਗਿਆ ਜਾਂ ਐਜੂਕੇਸ਼ਨ ਡਿਪਾਰਟਮੈਂਟ ਹੋ ਗਿਆ ਉਹਨਾਂ ਨੂੰ ਵੀ ਇਨਵੋਲਵ ਕੀਤਾ ਗਿਆ ਸੀ ਹੈਲਥ ਡਿਪਾਰਟਮੈਂਟ ਦੇ ਥਰੂ ਗਵਰਨਮੈਂਟ ਵੱਲੋਂ ਇਹ ਲੋਕਾਂ ਨੂੰ ਮੈਸੇਜ ਦਿੱਤਾ ਗਿਆ ਸੀ ਕਿ ਜੋ ਪਰਾਲੀ ਦਾ ਧੂਆਂ ਦਾ ਓੜ ਨਾਲ ਤੁਹਾਨੂੰ ਬਹੁਤ ਜ਼ਿਆਦਾ ਜਿਹੜਾ ਹੈਗਾ ਹੈਲਥ ਸੰਬੰਧੀ ਬਿਮਾਰੀਆਂ ਹੋ ਸਕਦੀਆਂ ਐਂਡ ਐਜੂਕੇਸ਼ਨ ਡਿਪਾਰਟਮੈਂਟ ਦੇ ਥਰੂ ਬੱਚਿਆਂ ਨੂੰ ਲੈਕਚਰ ਦਿੱਤਾ ਗਿਆ ਸੀ ਸੋ ਦੈਟ ਕਿ ਉਹ ਅੱਗੇ ਜਾ ਕੇ ਆਪਣੇ ਮਾਤਾ ਪਿਤਾ ਨੂੰ ਇਨਕਰੇਜ ਕਰਨ ਕਿ ਉਹ ਪਰਾਲੀ ਨੂੰ ਅੱਗ ਨਾ ਲਾਉਣ ਇਸ ਤੋਂ ਇਲਾਵਾ ਜੀ ਜੋ ਇੱਟਾਂ ਵਾਲੇ ਪੱਠੇ ਆ ਉਹਨਾਂ ਲਈ ਇਹ ਮੋਨੇਟਰੀ ਕੀਤਾ ਗਿਆ ਸੀ ਕਿ ਜਿਹੜਾ ਵੀ ਪਰਾਲੀ ਵਾਲਾ ਸਟ੍ਰੋ ਹੈਗਾਗਾ ਉਹਨੂੰ ਉਹਨਾਂ ਨੇ ਘੱਟੋ ਘੱਟ 20% ਆਦੇ ਪੱਠਿਆਂ 'ਚ ਯੂਜ਼ ਕਰਨਾ ਹੀ ਕਰਨਾ ਨੈਕਸਟ ਹੈਗਾ ਜੀ ਕਿ ਪੰਜਾਬ ਸਰਕਾਰ ਦੇ ਵੱਲੋਂ ਪੈਨਸ਼ਨ ਵੰਡਣ ਦੇ ਲਈ ਇਲੈਕਟ੍ਰੋਨਿਕ ਬੈਨੀਫਿਟ ਟ੍ਰਾਂਸਫਰ ਜਿਹੜਾ ਹੈਗਾ ਉਹ ਮੈਂਡੇਟਰੀ ਕਰ ਦਿੱਤਾ ਹੈ ਬਿਕੋਜ਼ ਸਮ ਟਾਈਮਸ ਕੀ ਹੁੰਦਾ ਕਿ ਮੈਨੂਅਲੀ ਪੈਨਸ਼ਨਾਂ ਵੰਡੀਆਂ ਜਾਂਦੀਆਂ ਐਂਡ ਮੈਨੂਅਲੀ ਪੈਨਸ਼ਨਾਂ ਦੇ ਵਿੱਚ ਇਹ ਸਰਕਾਰ ਇਨਸ਼ੋਰ ਨਹੀਂ ਕਰ ਪਾਉਂਦੀ ਕਿ ਜਿਸ ਪਰਸਨ ਦੀ ਪੈਨਸ਼ਨ ਲੱਗੀ ਹੈ ਉਸ ਪਰਸਨ ਨੂੰ ਹੀ ਅਸਲ ਵਿੱਚ ਪੈਨਸ਼ਨ ਮਿਲ ਰਹੀ ਹੈ ਨੈਕਸਟ ਹੈਗਾ ਜੀ ਕਿ ਐਨਓਸੀ ਨੋ ਓਬਜੈਕਸ਼ਨ ਫਾਰ ਪ੍ਰੋਪਰਟੀ ਟ੍ਰੇਡ ਪਰਪਸਸ ਵਿਲ ਬੀ ਇਸ਼ੂਡ ਇਨ 15 ਡੇਜ਼ ਇਨ ਪੰਜਾਬ ਦੇਖੋ ਟ੍ਰੇਡ ਪਰਪਸਸਿਸ ਦੇ ਲਈ ਜਿਹੜੀ ਪ੍ਰਾਪਰਟੀ ਦੀ ਜਿਹੜੀ ਸੇਲ ਹੁੰਦੀ ਹੈ ਉਹਦੇ ਲਈ ਐਨਓਸੀ ਜ਼ਰੂਰੀ ਹੁੰਦਾ ਸੋ ਗਵਰਨਮੈਂਟ ਵੱਲੋਂ ਇਹ ਇਨਸ਼ੋਰ ਕੀਤਾ ਜਾਊਗਾ ਕਿ ਜੋ ਐਨਓਸੀ ਆ ਉਹ 15 ਦਿਨਾਂ ਦੇ ਵਿੱਚ ਵਿੱਚ ਦੇ ਦਿੱਤਾ ਜਾਵੇ ਬਿਕੋਜ਼ ਇਸ ਨਾਲ ਜਿਹੜੀ ਈਜ਼ ਆਫ ਡੂਇੰਗ ਬਿਜ਼ਨਸ ਆ ਉਹ ਐਨਕਰੇਜ ਹੋਊਗੀ ਐਂਡ ਜੇਕਰ ਈਜ਼ ਆਫ ਡੂਇੰਗ ਬਿਜ਼ਨਸ ਐਨਕਰੇਜ ਹੁੰਦੀ ਹੈ ਤਾਂ ਵੱਧ ਤੋਂ ਵੱਧ ਜਿਹੜੇ ਇਨਵੈਸਟਰ ਪੰਜਾਬ ਦੇ ਵਿੱਚ ਆਉਣਗੇ ਇਸ ਤੋਂ ਇਲਾਵਾ ਜੀ ਜਿਹੜੇ ਐਨਆਰਆਈਸ ਨੇ ਉਹਨਾਂ ਦੇ ਲਈ ਇਹ ਸੀ ਨੂੰ ਇਨਸ਼ੋਰ ਕੀਤਾ ਜਾਊਗਾ ਕਿ ਵਿਦਨ 5 ਡੇਜ਼ ਉਹਨਾਂ ਨੂੰ ਐਨਓਸੀ ਇਸ਼ੂ ਕਰ ਦਿੱਤਾ ਜਾਵੇ ਨੈਕਸਟ ਹੈਗਾ ਜੀ ਕਿ ਪਠਾਨਕੋਟ ਦੇ ਵਿੱਚ ਇਹ ਡਿਮਾਂਡ ਕੀਤੀ ਜਾ ਰਹੀ ਆ ਕਿ ਜੋ ਨੈਸ਼ਨਲ ਸਿਕਿਉਰਿਟੀ ਗਾਰਡਸ ਦਾ ਜਿਹੜਾ ਰੀਜਨਲ ਸੈਂਟਰ ਆ ਉਹ ਸਟੈਬਲਿਸ਼ ਕੀਤਾ ਜਾਵੇ ਦੇਖੋ ਇੱਥੇ ਨੈਸ਼ਨਲ ਸਿਕਿਉਰਿਟੀ ਗਾਰਡਸ ਦੇ ਕਨਸੈਪਟ ਨੂੰ ਸਮਝਣਾ ਜ਼ਰੂਰੀ ਹੈ ਇਹ ਦੇਖੋ ਉਹ ਫੋਰਸ ਆ ਜਿਹੜੀ ਕਿ 1986 ਦੇ ਵਿੱਚ ਸੈਟਅਪ ਕੀਤੀ ਗਈ ਸੀ ਐਂਡ ਇਹਨੂੰ ਸੈਟਅਪ ਕਰਨਾ ਦੇਖੋ ਕਿ ਰੀਜਨ ਸੀਗਾ 1984 ਦੇ ਵਿੱਚ ਆਪਾਂ ਨੂੰ ਪਤਾ ਕਿ ਜਿਹੜੀ ਪੰਜਾਬ ਵਿੱਚ ਇਨਸਰਜੈਂਸੀ ਸੀਗੀ ਉਹ ਪੀਕ ਤੇ ਰਹੀ ਆ ਰਮੰਦਰ ਸਾਹਿਬ ਤੇ ਦੇਖੋ ਉਸ ਟਾਈਮ ਦੇ ਦੌਰਾਨ ਬਲਾਸਟ ਕੀਤਾ ਜਾਂਦਾ ਸੋ ਇਸਲਾਬ ਹੋਰ ਵੀ ਆਪਣੀ ਕੰਟਰੀ ਦੇ ਵਿੱਚ ਕਾਫੀ ਜਿਹੜੀਆਂ ਟੈਰਰਿਸਟ ਐਕਟੀਵਿਟੀਜ਼ ਹੁੰਦੀਆਂ ਸੋ ਉਹਨਾਂ ਐਕਟੀਵਿਟੀਜ਼ ਨੂੰ ਠੱਲ ਪਾਉਣ ਵਾਸਤੇ ਗਵਰਨਮੈਂਟ ਬਾਲਡੀ ਐਨ ਐਸ ਜੀ ਹੈ ਉਹਨੂੰ ਸਟੈਬਲਿਸ਼ ਕੀਤਾ ਗਿਆ ਸੀ ਇਹ ਦੇਖੋ ਜਿਹੜੀ ਫੋਰਸ ਹਨ ਬਲੈਕ ਕੈਟ ਕਮਾਂਡੋਸ ਨਾਲ ਨਾਲ ਵੀ ਜਣਾਇਆ ਜਾਂਦਾ ਬਿਕੋਜ਼ ਜਿਹੜੀ ਇਹਨਾਂ ਦੀ ਡਰੈਸਿੰਗ ਹੁੰਦੀ ਹੈ ਉਹ ਬਲੈਕ ਕਲਰ ਦੀ ਹੁੰਦੀ ਹੈ ਐਂਡ ਇਹਨਾਂ ਦੇ ਜਿਹੜੀ ਡਰੈਸ ਹੁੰਦੀ ਹੈ ਉਹਨਾਂ ਉੱਪਰ ਜਿਹੜੇ ਕੈਟ ਦੇ ਸਾਈਨ ਆ ਉਹ ਹੁੰਦੇ ਆ ਇਸ ਤੋਂ ਇਲਾਵਾ ਇਹ ਜਿਹੜੀ ਫੋਰਸ ਹੈਗੀ ਇਹ ਮਿਨਿਸਟਰੀ ਆ ਹੋਮ ਅਫੇਅਰਸ ਡਿਪਾਰਟਮੈਂਟ ਕਰਦੇ ਵਿੱਚ ਰੀਲੀ ਇੰਪੋਰਟੈਂਟ ਤੁਹਾਡੇ ਲਈ ਜਣਾਣਾ ਨੈਕਸਟ ਜੀ ਦੇਖੋ ਇੰਟਰਨੈਸ਼ਨਲ ਬਾਰਡਰ ਨੂੰ ਲੈ ਕੇ ਵੀ ਪੰਜਾਬ ਕਾਫੀ ਨਿਊਜ਼ ਦੇ ਵਿੱਚ ਰਿਹਾ ਸੀ ਸੋ ਆਪਣੇ ਲਈ ਇਹ ਜਣਾਣਾ ਵੀ ਜ਼ਰੂਰੀ ਹੋ ਜਾਂਦਾ ਪੰਜਾਬ ਦਾ ਦੇਖੋ 553 ਕਿਲੋਮੀਟਰ ਜਿਹੜਾ ਏਰੀਆ ਹੈਗਾ ਉਹ ਇੰਟਰਨੈਸ਼ਨਲ ਬਾਰਡਰ ਦੇ ਨਾਲ ਲੱਗਦਾ ਦੇਖੋ ਜਦੋਂ ਆਪਾਂ ਇੰਟਰਨੈਸ਼ਨਲ ਬਾਰਡਰ ਦੀ ਗੱਲ ਕਰਦੇ ਆ ਤਾਂ ਪੰਜਾਬ ਦਾ ਜਿਹੜਾ ਇੰਟਰਨੈਸ਼ਨਲ ਬਾਰਡਰ ਹੈ ਕਿਹੜੀ ਕੰਟਰੀ ਨਾਲ ਲੱਗਿਆ ਨੇ ਜਾ ਕੇ ਪਾਕਿਸਤਾਨ ਦੇ ਨਾਲ ਐਂਡ ਪੰਜਾਬ ਦੇ ਦੇਖੋ ਕਿੰਨੇ ਡਿਸਟ੍ਰਿਕਟ ਜਿਹੜੇ ਹੈਗੇ ਆ ਉਹ ਪਾਕਿਸਤਾਨ ਨਾਲ ਲੱਗਦੇ ਆ ਫਰਸਟ ਆਫ ਆਲ ਦੇਖੋ ਪਠਾਨਕੋਟ ਆ ਜਾਂਦਾ ਉਸ ਤੋਂ ਬਾਅਦ ਦੇਖੋ ਗੁਰਦਾਸਪੁਰ ਆਉਂਦਾ ਅੰਮ੍ਰਿਤਸਰ ਆ ਜਾਂਦਾ ਠੀਕ ਹੈ ਜੀ ਤਰਨਤਾਰਨ ਆ ਜਾਂਦਾ ਫਿਰੋਜ਼ਪੁਰ ਆ ਜਾਂਦਾ ਐਂਡ ਫਾਜ਼ਿਲਕਾਰ ਡਿਸਟ੍ਰਿਕਟ ਮੀਨ ਟੋਟਲ ਕਿੰਨੇ ਡਿਸਟ੍ਰਿਕਟ ਹੋਗੇ 6 ਡਿਸਟ੍ਰਿਕਟ ਐਂਡ ਜੇਕਰ ਆਪਾਂ ਗੱਲ ਕਰਦੇ ਆ ਕਿ ਪੰਜਾਬ ਦੀ ਇੰਡੀਆ ਦੀਆਂ ਕਿੰਨੀਆਂ ਸਟੇਟਸ ਨਾਲ ਬਾਉਂਡਰੀ ਲੱਗਦੀ ਹੈ ਤਾਂ ਫਰਸਟ ਆਫ ਆਲ ਦੇਖੋ ਉੱਪਰ ਜੰਮੂ ਕਸ਼ਮੀਰ ਆ ਜਾਂਦਾ ਉਸ ਤੋਂ ਬਾਅਦ ਹਿਮਾਚਲ ਪ੍ਰਦੇਸ਼ ਆ ਜਾਂਦਾ ਉਸ ਤੋਂ ਬਾਅਦ ਰਾਜਸਥਾਨ ਆ ਜਾਂਦਾ ਐਂਡ ਹਰਿਆਣਾ ਆ ਜਾਂਦਾ ਇਟ ਮੀਨਸ ਟੋਟਲ ਚਾਰ ਜਿਹੜੀਆਂ ਸਟੇਟਸ ਹੈਗੀਆਂ ਉਹ ਪੰਜਾਬ ਦੇ ਨਾਲ ਲੱਗਦੀਆਂ ਹੁਣ ਤੁਹਾਡੇ ਲਈ ਇੱਕ ਹੋਮਵਰਕ ਇੱਥੇ ਇਹ ਆ ਤੁਸੀਂ ਇਹ ਜਾਣਨ ਦੀ ਕੋਸ਼ਿਸ਼ ਕਰਨੀ ਹੈ ਕਿ ਪੰਜਾਬ ਦੇ ਕਿਹੜੇ ਡਿਸਟ੍ਰਿਕਟ ਰਾਜਸਥਾਨ ਨਾਲ ਲੱਗਦੇ ਆ ਕਿਹੜੇ ਡਿਸਟ੍ਰਿਕਟ ਹਰਿਆਣਾ ਨਾਲ ਲੱਗਦੇ ਆ ਕਿਹੜੇ ਹਿਮਾਚਲ ਨਾਲ ਲੱਗਦੇ ਹਨ ਕਿਹੜੇ ਜੰਮੂ ਕਸ਼ਮੀਰ ਨਾਲ ਲੱਗਦੇ ਦੇਖੋ ਇਹ ਇੰਟਰਨੈਸ਼ਨਲ ਬਾਰਡਰ ਵਾਲੀ ਨਿਊਜ਼ ਜਿਹੜੀ ਹੈਗੀ ਆ ਉਹ ਇਸ ਕਰਕੇ ਸੁਰੱਖਿਆ ਦੇ ਵਿੱਚ ਰਹੀ ਸੀ ਬਿਕੋਜ਼ ਪੰਜਾਬ ਸਰਕਾਰ ਵੱਲੋਂ ਇਹ ਮੰਗ ਕੀਤੀ ਗਈ ਸੀ ਕਿ ਪੰਜਾਬ ਇੱਕ ਇੰਟਰਨੈਸ਼ਨਲ ਬਾਰਡਰ ਸਟੇਟ ਆ ਤਾਂ ਪੰਜਾਬ ਨੂੰ ਕੈਟਾਗਰੀ A ਸਟੇਟ ਵਿੱਚ ਸ਼ਾਮਲ ਕੀਤਾ ਜਾਵੇ ਦੇਖੋ ਦੋ ਟਾਈਪ ਦੀਆਂ ਸਕੀਮਸ ਹੁੰਦੀਆਂ ਦੋ ਟਾਈਪ ਦੀਆਂ ਸਕੀਮ ਹੁੰਦੀਆਂ ਇੱਕ ਹੁੰਦੀ ਹੈ ਸੈਂਟਰਲ ਸੈਕਟਰ ਸਕੀਮ ਇੱਕ ਹੁੰਦੀ ਹੈ ਸੈਂਟਰਲ ਸਪான்ਸਰਡ ਸਕੀਮ ਸੈਂਟਰਲ ਸੈਕਟਰ ਸਕੀਮ ਉਹ ਹੁੰਦੀ ਹੈ ਜਿੱਥੇ ਕਿ 100% ਜਿਹੜਾ ਪੈਸਾ ਹੁੰਦਾ ਉਹ ਸੈਂਟਰ ਵੱਲੋਂ ਲਾਇਆ ਜਾਂਦਾ ਹੈ ਐਂਡ ਅ ਸੈਂਟਰਲੀ ਸਪੌਂਸਰਡ ਸਕੀਮ ਉਹ ਹੁੰਦੀ ਹੈ ਜਿਹਦੇ ਵਿੱਚ ਕੁਝ ਕੁ ਹਿੱਸਾ ਸੈਂਟਰ ਵੱਲੋਂ ਲਾਇਆ ਜਾਂਦਾ ਐਂਡ ਕੁਝ ਕੁ ਹਿੱਸਾ ਸਟੇਟ ਵੱਲੋਂ ਲਾਇਆ ਜਾਂਦਾ ਐਂਡ ਇਹ ਕਿੰਨਾ ਹਿੱਸਾ ਸਟੇਟ ਲਾਊਗੀ ਕਿੰਨਾ ਹਿੱਸਾ ਸੈਂਟਰ ਲਾਊਗੀ ਇਹ ਡਿਪੈਂਡ ਕਰਦਾ ਸਟੇਟ ਦੇ ਕੈਟੇਗਰੀਜੇਸ਼ਨ ਤੇ ਜੋ ਕੈਟਾਗਰੀ A ਸਟੇਟਸ ਨੇ ਜਿਨ੍ਹਾਂ ਦੇ ਜਿਵੇਂ ਜੰਮੂ ਆ ਜਾਂਦਾ ਉੱਤਰਾਖੰਡ ਹਿਮਾਚਲ ਪ੍ਰਦੇਸ਼ ਨਾਰਥ ਈਸਟਰਨ ਸਟੇਟਸ ਆ ਜਾਂਦੀਆਂ ਉਹਨਾਂ ਦੇ ਵਿੱਚ ਦੇਖੋ 90% ਹਿੱਸਾ ਜਿਹੜੀ ਹੈਗੇ ਸੈਂਟਰ ਗਵਰਨਮੈਂਟ ਲਾਉਂਦੀ ਹੈ ਐਂਡ 10% ਸੈਰਡੂ ਰਿਸਪੈਕਟਿਵ ਸਟੇਟ ਗਵਰਨਮੈਂਟ ਆ ਉਹ ਲਾਉਂਦੀ ਹੈ ਲੇਕਿਨ ਜੋ ਕੈਟਾਗਰੀ B ਸਟੇਟਸ ਨੇ ਜਿਹਨੂੰ ਕਿ ਪੰਜਾਬ ਨੂੰ ਹੁਣ ਕਰੰਟਲੀ ਇਹਦੇ ਵਿੱਚ ਰੱਖਿਆ ਗਿਆ ਉਹਨਾਂ ਚ 60% ਸੈਰਡਾ ਹੈਗਾ ਉਹ ਸੈਂਟਰ ਲਾਉਂਦੀ ਐਂਡ 40% ਸੈਰਡਾ ਕੌਣ ਲਾਉਂਦਾ ਸਟੇਟ ਲਾਉਂਦੀ ਹੈ ਪੰਜਾਬ ਵੱਲੋਂ ਇਹੀ ਮੰਗ ਕੀਤੀ ਗਈ ਸੀ ਕਿ ਸਾਨੂੰ 90-10 ਦੀ ਰੇਸ਼ੋ ਦੇ ਵਿੱਚ ਲੈ ਕੇ ਆਓ ਲੇਕਿਨ ਸੈਂਟਰ ਵੱਲੋਂ ਪੰਜਾਬ ਦੀ ਮੰਗ ਖਾਰਜ ਕਰ ਦਿੱਤੀ ਗਈ ਨੈਕਸਟ ਹੈਗਾ ਜੀ ਕਿ ਪੰਜਾਬ ਵੱਲੋਂ ਐਂਟੀ ਗੈਂਗਸਟਰ ਟਾਸਕ ਫੋਰਸ ਜਿਹੜੀ ਹੈਗੀ ਆ ਉਹ ਕਨਸਟੀਟਿਊਟ ਕੀਤੀ ਗਈ ਹੈ ਬਿਕੋਜ਼ ਪੰਜਾਬ ਦੇਖੋ ਇੱਕ ਉਹ ਸਟੇਟ ਹੈ ਜਿਹੜੀ ਪਾਕਿਸਤਾਨ ਲੱਗਦੀ ਹੈ ਇਸ ਕਰਕੇ ਪੰਜਾਬ ਦੇ ਵਿੱਚ ਜਿਹੜਾ ਗੈਂਗਸਟਰ ਦੀ ਐਕਟੀਵਿਟੀਜ਼ ਹੈਗੀਆਂ ਉਹ ਕਾਫੀ ਜ਼ਿਆਦਾ ਪਿੱਛੇ ਸੁਰੱਖਿਆ ਦੇ ਵਿੱਚ ਰਹੀਆਂ ਸੀ ਇਸ ਕਰਕੇ ਪੰਜਾਬ ਦੇ ਵੱਲੋਂ ਐਂਟੀ ਗੈਂਗਸਟਰ ਟਾਸਕ ਫੋਰਸ ਲਈ ਹੈਗਾ ਉਹ ਕਨਸਟੀਟਿਊਟ ਕੀਤੀ ਗਈ ਹੈ ਨੈਕਸਟ ਹੈਗੀ ਹੈ ਜੀ ਕਿ ਉਦਯੋਗ ਸੇਵਾ ਕੇਂਦਰ ਜਿਹੜਾ ਹੈਗਾ ਉਹ ਡੇਰਾ ਬੱਸੀ ਵਿਖੇ ਇਨੌਗਰੇਟ ਕੀਤਾ ਗਿਆ ਸੀ ਦੇਖੋ ਇਹ ਇਨੌਗਰੇਟ ਕਰਨ ਦਾ ਇਹੀ ਰੀਜ਼ਨ ਹੈ ਸੋ ਦੈਟ ਕਿ ਈਜ਼ ਆਫ ਡੂਇੰਗ ਬਿਜ਼ਨਸ ਨੂੰ ਵੱਧ ਤੋਂ ਵੱਧ ਵਧਾਇਆ ਜਾ ਸਕੇ ਜੇਕਰ ਆਪਾਂ ਦੇਖੋ ਡੇਰਾ ਬੱਸੀ ਦੀ ਗੱਲ ਕਰਦੇ ਹਾਂ ਤਾਂ ਕਿਹੜੇ ਡਿਸਟ੍ਰਿਕਟ ਚ ਆ ਜਾਂਦਾ ਐਸ ਏ ਐਸ ਨਗਰ ਦੇ ਵਿੱਚ ਆ ਜਾਂਦਾ ਦੇਖੋ ਜਿਹਨੂੰ ਭਮਾਲੀ ਵੀ ਕਹਿ ਦਿੰਦੇ ਆ ਐਂਡ ਡੇਰਾ ਬੱਸੀ ਐਸ ਏ ਐਸ ਨਗਰ ਦੀ ਕੀ ਹੈ ਜੀ ਤਹਿਸੀਲ ਨੈਕਸਟ ਹੈਗਾ ਜੀ ਐਗਜ਼ੈਂਪਸ਼ਨ ਫਰੋਮ ਮੋਟਰ ਵਹੀਕਲ ਟੈਕਸ ਫੋਰ ਸਪੈਸ਼ਲ ਵਹੀਕਲਸ ਕੈਰਿੰਗ ਪ੍ਰਕਾਸ਼ ਆਫ ਰਿਲੀਜੀਅਸ ਸਕ੍ਰਿਪਚਰ ਆਫ ਡਿਫਰੈਂਟ ਰਿਲੀਜੀਅਨਸ ਇਨ ਪੰਜਾਬ ਦੇਖੋ ਇਹਦੇ ਵਿੱਚ ਕੀ ਹੈ ਜੀ ਕਿ ਜੋ ਵੀ ਕਿਸੇ ਵੀ ਤਰ੍ਹਾਂ ਦੇ ਧਰਮ ਗ੍ਰੰਥ ਨੇ ਉਹਨਾਂ ਨੂੰ ਲੈ ਜਾਣ ਵਾਲੇ ਦੇ ਸਪੈਸ਼ਲ ਵੀਕਲ ਹੋਣਗੇ ਜਿਵੇਂ ਕਿ ਆਪਾਂ ਸਿੱਖ ਤਰਾਂ ਦੇ ਪਾਲਕੀ ਸਾਹਿਬ ਕਹਿੰਦੇ ਆ ਉਹਨਾਂ ਸਾਰੇ ਵੀਕਲਸ ਨੂੰ ਮੋਟਰ ਵਹੀਕਲ ਟੈਕਸ ਤੋਂ ਕੀ ਦਿੱਤੀ ਗਈ ਹੈ ਐਗਜ਼ੈਂਪਸ਼ਨ ਦਿੱਤੀ ਗਈ ਹੈ ਐਂਡ ਇਹ ਸਾਰੇ ਧਰਮਾਂ ਦੇ ਲਈ ਹੈ ਸੋ ਇਹ ਜਿਹੜਾ ਗਵਰਨਮੈਂਟ ਦਾ ਇਨੀਸ਼ੀਏਟਿਵ ਆ ਇਹ ਪੰਜਾਬ ਦੇ ਵਿੱਚ ਇੱਕ ਸੈਕੂਲਰਿਜ਼ਮ ਨੂੰ ਸ਼ੋ ਕਰਦਾ ਐਂਡ ਇਹ ਕਿਹੜੇ ਐਕਟ ਅੰਡਰ ਕੀਤਾ ਗਿਆ ਸੀਗਾ ਜੀ ਸੈਕਸ਼ਨ 13 ਆਫ ਪੰਜਾਬ ਮੋਟਰ ਵਹੀਕਲ ਟੈਕਸੇਸ਼ਨ ਐਕਟ ਆਫ 1924 ਦੇਖੋ ਇਹ ਐਕਟ ਵੀ ਤੁਹਾਡੇ ਲਈ ਇੰਪੋਰਟੈਂਟ ਹੈ ਐਂਡ ਇਹ ਸੈਕਸ਼ਨ ਵੀ ਤੁਹਾਡੇ ਲਈ ਇੰਪੋਰਟੈਂਟ ਹੈ ਨੈਕਸਟ ਹੈਗਾ ਜੀ ਕਿ ਪੰਜਾਬੀ ਟੈਸਟ ਕੰਪਲਸਰੀ ਫਾਰ ਜੌਬ ਇਨ ਪੰਜਾਬ ਫਾਰ ਗਰੁੱਪ ਸੀ ਐਂਡ ਗਰੁੱਪ ਡੀ ਦਿਸ ਇਜ਼ ਰੀਅਲੀ ਇੰਪੋਰਟੈਂਟ ਫਰਮ ਯਰ ਪੇਪਰਸ ਪੁਆਇੰਟ ਆਫ 뷰 ਗਰੁੱਪ ਸੀ ਐਂਡ ਗਰੁੱਪ ਡੀ ਦੇ ਲਈ ਕੋਈ ਵੀ ਜਿਹੜਾ ਪਰਸਨ ਪੰਜਾਬ ਦੇ ਜੌਬ ਲੈਣਾ ਚਾਹੁੰਦਾ ਉਹਦੇ ਲਈ ਪੰਜਾਬੀ ਟੈਸਟ ਕੀ ਕੀਤਾ ਗਿਆ ਜੀ ਕੰਪਲਸਰੀ ਕੀਤਾ ਗਿਆ बिकॉज ਕਾਫੀ ਅਲੀਗੇਸ਼ਨਸ ਪੰਜਾਬ ਉੱਪਰ ਲੱਗ ਰਹੇ ਸੀ ਕਿ ਜਿਹੜੇ ਅਦਰ ਸਟੇਟ ਦੇ ਕੈਂਡੀਡੇਟਸ ਨੇ ਉਹ ਪੰਜਾਬ ਦੇ ਵਿੱਚ ਆ ਕੇ ਨੌਕਰੀਆਂ ਲੈ ਰਹੇ ਆ ਲੇਕਿਨ ਜੇ ਪੰਜਾਬ ਦੇ ਆਪ ਦੇ ਨੌਜਵਾਨ ਨੇ ਉਹ ਕੀ ਫਿਰਦੇ ਨੇ ਉਹ ਬੇਰੁਜ਼ਗਾਰ ਫਿਰਦੇ ਨੇ ਬਟ ਇਹ ਸਿਰਫ ਗਰੁੱਪ ਸੀ ਐਂਡ ਗਰੁੱਪ ਡੀ ਦੇ ਲਈ ਹੈ ਇਟ ਡਿਮੈਨਸ਼ਨਲ ਗਰੁੱਪ ਏ ਐਂਡ ਗਰੁੱਪ ਬੀ ਇਹਦੇ ਲਈ ਕੋਈ ਵੀ ਇਸ ਤਰ੍ਹਾਂ ਦੀ ਕੰਪਲਸਨ ਨਹੀਂ ਹੈਗੀ ਜੇ ਅੱਪ ਗਰੁੱਪ ਸੀ ਦੀ ਗੱਲ ਕਰ ਰਹੇ ਨੇ ਦੇਖੋ ਤਾਂ ਉਹਦੇ ਲਈ ਜਿਹੜਾ ਇਹ ਪੰਜਾਬੀ ਟੈਸਟ ਹੋਊਗਾ ਉਹ 8th ਸਟੈਂਡਰਡ ਦੇ ਇਕੁਇਵੈਲੈਂਟ ਹੋਊਗਾ ਐਂਡ 50% ਮਾਰਕਸ ਜਿਹੜੇ ਹੋਣਗੇ ਉਹ ਮੰਡੇਟਰੀ ਹੋਣਗੇ ਜੇ ਅਸੀਂ ਗਰੁੱਪ ਡੀ ਦੀ ਗੱਲ ਕਰਦੇ ਆਂ ਤਾਂ ਗਰੁੱਪ ਡੀ ਦੇ ਲਈ ਇਹ ਪੇਪਰ ਕੀ ਹੋਊਗਾ 8ਥ ਸਟੈਂਡਰਡ ਦੇ ਇਕੁਇਵੈਲੈਂਟ ਹੋਊਗਾ ਐਂਡ ਇਹਦੇ ਲਈ ਵੀ 50% ਜਿਹੜੇ ਮਾਰਕਸ ਹੋਣਗੇ ਉਹ ਮੰਡੇਟਰੀ ਹੋਣਗੇ ਨੈਕਸਟ ਹੈਗਾ ਜੀ ਕਿ ਇਲੀਗਲ ਮਾਈਨਿੰਗ ਦੇ ਲਈ ਪੰਜਾਬ ਦੇ ਵਿੱਚ ਜਿਹੜੀ ਪੈਨਲਟੀ ਸਲੈਬ ਆ ਜੋ ਜੁਰਮਾਨਾ ਹੈਗਾ ਉਹ ਹੁਣ ਵਧਾ ਦਿੱਤਾ ਗਿਆ ਐਂਡ ਇਹ ਜੁਰਮਾਨਾ ਕਿਹੜੇ ਰੂਲਸ ਦੇ ਵਿੱਚ ਸੋਧ ਕਰਕੇ ਵਧਾਇਆ ਗਿਆ ਪੰਜਾਬ ਮਿਨਰਲ ਰੂਲਸ 2013 ਐਂਡ ਕਿੰਨਾ ਵਧਾਇਆ ਗਿਆ ਦੇਖੋ ਪਹਿਲਾਂ ਜਿਹੜੀ ਸਲੈਬ ਦੇਖੋ 5000 ਤੋਂ 25000 ਸੀ ਉਸ ਸਲੈਬ ਨੂੰ ਵਧਾ ਕੇ ਹੁਣ 50000 ਤੋਂ 25 ਲੱਖ ਕਰ ਦਿੱਤਾ ਗਿਆ ਇਹ ਵੀ ਪੇਪਰ 'ਚ ਤੁਹਾਨੂੰ ਕੁਐਸਚਨ ਪੁੱਛਿਆ ਜਾ ਸਕਦਾ ਨੈਕਸਟ ਹੈਗਾ ਜੀ ਕਿ ਵਾਈਸ ਚੇਅਰਮੈਨ ਐਂਡ ਸੀਐਨ ਸੀਨੀਅਰ ਵਾਈਸ ਚੇਅਰਮੈਨ ਜਿਹੜੀਆਂ ਪੋਸਟਾਂ ਹੈਗੀਆਂ ਉਹ ਪੰਜਾਬ ਮੰਡੀ ਬੋਰਡ ਦੇ ਵਿੱਚੋਂ ਖਤਮ ਕਰ ਦਿੱਤੀ ਗਈਆਂ ਦੇਖੋ ਇਹਨਾਂ ਨੂੰ ਖਤਮ ਕਿਉਂ ਕੀਤਾ ਗਿਆ ਬਿਕੋਜ਼ ਪੰਜਾਬ ਹੁਣ ਫਾਈਨੈਂਸ਼ੀਅਲ ਪ੍ਰੂਡੈਂਸ ਦੇ ਰਾਹ ਉੱਪਰ ਤੁਰਿਆ ਹੋਇਆ ਇਟ ਮੀਨਸ ਕਿ ਆਪਾਂ ਖਬਰਾਂ ਸੁਣਦੇ ਰਹਿੰਨੇ ਕਿ ਪੰਜਾਬ ਉੱਪਰ ਐਨੇ ਲੱਖ ਦਾ ਕਰਜ਼ਾ ਸੋ ਜਿਹੜੀ ਗਵਰਨਮੈਂਟ ਆ ਉਹ ਇਹਨਾਂ ਸਾਰੇ ਖਰਚਿਆਂ ਨੂੰ ਕੀ ਕਰ ਰਹੀ ਹੈ ਰੈਸ਼ਨਲਾਈਜ਼ ਕਰ ਰਹੀ ਹੈ ਸੋ ਥੈਟ ਕਿ ਜੋ ਖਰਚਾ ਕਰਨ ਵਾਲਾ ਨਹੀਂ ਹੈਗਾ ਉਹਨੂੰ ਬੰਦ ਕੀਤਾ ਜਾ ਸਕੇ ਐਂਡ ਇਹਨਾਂ ਪੋਸਟਾਂ ਨੂੰ ਦੇਖੋ ਐਬੋਲਿਸ਼ ਕਿਵੇਂ ਕੀਤਾ ਗਿਆ ਪੰਜਾਬ ਐਗਰੀਕਲਚਰ ਪ੍ਰੋਡਿਊਸ ਮਾਰਕੀਟ ਐਕਟ 1961 ਦੇ ਵਿੱਚ ਐਮੈਂਡਮੈਂਟ ਕਰਕੇ ਇਹਨੂੰ ਆਪਾਂ ਏਪੀਐਮਸੀ ਵੀ ਕਹਿ ਦਿੰਦੇ ਹਾਂ ਨੈਕਸਟ ਆ ਗਿਆ ਜੀ ਅਸਿਸਟੈਂਟ ਕਮਿਸ਼ਨਰ ਗ੍ਰੀਵਾਂਸ ਪੋਸਟ ਨੂੰ ਵੀ ਐਬਿਸ਼ ਕਰ ਦਿੱਤਾ ਗਿਆ ਦੇਖੋ ਇਹਨੂੰ ਐਬਿਸ਼ ਕਰਨ ਦਾ ਵੀ ਇਹੀ ਕਾਰਨ ਹੈ ਸੋ ਥੈਟ ਕਿ ਜੋ ਅਨਸੈਸਰੀ ਖਰਚੇ ਆ ਉਹਨਾਂ ਨੂੰ ਘਟਾਇਆ ਜਾ ਸਕੇ ਐਂਡ ਇਹਨਾਂ ਨੂੰ ਖਤਮ ਕਰਕੇ ਦੇਖੋ ਕਿ ਨਵੀਂ ਪੋਸਟ ਕ੍ਰੀਏਟ ਕੀਤੀ ਗਈ ਹੈ ਜਿਹਦਾ ਨਾਮ ਹੈਗਾ ਸੀਐਮ ਫੀਲਡ ਆਫੀਸਰ ਐਟ ਡਿਸਟ੍ਰਿਕਟ ਲੈਵਲ ਐਂਡ ਜਿਹੜੀ ਇਹ ਪੋਸਟ ਆ ਇਹ ਪੰਜਾਬ ਸਿਵਲ ਸਰਵਿਸ ਦੇ ਜੁੜੇ ਆਫੀਸਰ ਨੇ ਉਹਨਾਂ ਵਿੱਚ ਭਰੀ ਜਾਇਆ ਕਰੂਗੇ ਨੈਕਸਟ ਹੈਗਾ ਜੀ ਕਿ ਪੰਜਾਬ ਦੇ ਵੱਲੋਂ ਕਾਉਂਸਲ ਆਫ ਹੋਮੋਪੈਥਿਕ ਸਿਸਟਮ ਪੰਜਾਬ ਦਾ ਜਿਹੜਾ ਆਨਲਾਈਨ ਪੋਰਟਲ ਉਹ ਲਾਂਚ ਕੀਤਾ ਗਿਆ ਅੱਗੇ ਹੈਗਾ ਜੀ ਸੇਵਾ ਕੇਂਦਰਾਂ ਦੇ ਬਾਰੇ ਕਿ ਅਕਤੂਬਰ 2022 ਤੱਕ ਟੋਟਲ 531 ਜਿਹੜੇ ਸੇਵਾ ਕੇਂਦਰ ਆ ਉਹ ਪੰਜਾਬ ਚ ਫੰਕਸ਼ਨਲ ਆ ਦੇਖੋ ਆ ਤੁਸੀਂ ਨੰਬਰ ਯਾਦ ਰੱਖਣਾ ਇਹ ਨੰਬਰ ਬਾਰੇ ਡਾਇਰੈਕਟ ਕੁਐਸਚਨ ਤੁਹਾਨੂੰ ਜਿਹੜੇ ਪੇਪਰੋਂ ਆ ਜਾ ਸਕਦਾ ਆ ਮੋਸਟਲੀ ਐਸਐਸ ਬੋਰਡ ਦੇ ਵਿੱਚ ਇਸ ਤਰ੍ਹਾਂ ਦੇ ਕੁਐਸਚਨ ਜਿਹੜੇ ਆ ਉਹ ਪੁੱਛੇ ਜਾਂਦੇ ਆ ਦੇਖੋ ਪੰਜਾਬ ਜਿਹੜੀ ਸਰਕਾਰ ਹੈਗੀ ਆ ਉਹ ਗਵਰਨੈਂਸ ਨੂੰ ਬਧੀਆ ਬਣਾਉਣਾ ਚਾਹੁੰਦੀ ਹੈ ਇਸੇ ਕਰਕੇ ਸਰਕਾਰ ਵੱਲੋਂ ਬਹੁਤ ਸਾਰੇ ਜਿਹੜੀਆਂ ਆਨਲਾਈਨ ਸੇਵਾਵਾਂ ਨੇ ਉਹ ਸੇਵਾ ਕੇਂਦਰਾਂ ਨੇ ਦਿੱਤੀਆਂ ਜਾ ਰਹੀਆਂ ਸੋ ਉਹਨਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਤੁਹਾਨੂੰ ਸੇਵਾ ਕੇਂਦਰਾਂ ਦੀ ਗਿਣਤੀ ਬਾਰੇ ਪਤਾ ਹੋਣਾ ਬਹੁਤ ਜ਼ਰੂਰੀ ਹੈ ਨੈਕਸਟ ਹੈਗਾ ਜੀ ਕਿ 63rd ਸਟੇਟ ਲੈਵਲ ਪੁਲਿਸ ਕਮਮੋਰੇਸ਼ਨ ਡੇ ਜਿਹੜਾ ਹੈਗਾ ਉਹ ਪੰਜਾਬ ਦੇ ਵਿੱਚ ਮਨਾਇਆ ਗਿਆ ਸੀ ਐਂਡ ਇਹ ਐਵਰੀ ਏਅਰ ਦੇਖੋ 1 ਇੱਕਤੂਬਰ ਨੂੰ ਮਨਾਇਆ ਜਾਂਦਾ ਹੈ ਐਂਡ ਇਸ ਨੂੰ ਮਨਾਉਣ ਦਾ ਦੇਖੋ ਕਾਰਨ ਕੀ ਆ ਸੋ ਥੈਟ ਕਿ ਜੋ ਸਾਡੇ ਪੁਲਿਸ ਜਵਾਨ ਡਿਊਟੀ ਦੇ ਦੌਰਾਨ ਆਪਣੀ ਜਾਨ ਦੇ ਪਰਵਾਹ ਨਾ ਕਰਦੇ ਹੋਏ ਲੋਕਾਂ ਦੀ ਸੁਰੱਖਿਆ ਦੇ ਵਿੱਚ ਆਪਣੀ ਜਾਨਾਂ ਗਵਾ ਕੇ ਉਹਨਾਂ ਨੂੰ ਯਾਦ ਕਰਨਾ ਐਂਡ ਇਸ ਦਿਨ ਦੇਖੋ ਪੰਜਾਬ ਦੇ ਡੀਜੀਪੀ ਵੱਲੋਂ ਜਿਹੜੇ ਇਨਾਮ ਆ ਉਹ ਵੀ ਦਿੱਤੇ ਜਾਂਦੇ ਨੇ ਨੈਕਸਟ ਹੈਗਾ ਜੀ ਕਿ ਪੰਜਾਬ એનર્ਜੀ ਡਿਵੈਲਪਮੈਂਟ ਏਜੰਸੀ ਨੂੰ ਪੇਡਾ ਵੀ ਕਹਿ ਦਿੰਦੇ ਆ ਉਹਨੇ 2500 ਮੈਗਾਵਾਟ ਰੀਨਿਊਏਬਲ એનર્ਜੀ ਦਾ ਟਾਰਗੇਟ ਆ ਉਹ ਪੰਜਾਬ ਦੇ ਲਈ ਰੱਖਿਆ ਦੇਖੋ ਇਹ ਟਾਰਗੇਟ ਰੱਖਣ ਦਾ ਕਾਰਨ ਇਹੀ ਆ ਸੋ ਥੈਟ ਕਿ ਜੋ ਆਪਾਂ ਰੋਜ਼ ਸੁਰੱਖਿਆ ਸੁੰਦਰਨ ਨੇ ਕਿ ਗ੍ਰੀਨ ਹਾਊਸ ਗੈਸ ਦਾ ਜਿਹੜਾ ਪ੍ਰਭਾਵ ਉਹ ਬਹੁਤ ਜ਼ਿਆਦਾ ਹੋ ਰਿਹਾ ਤਪਸ਼ ਬਹੁਤ ਜ਼ਿਆਦਾ ਹੋ ਰਹੀ ਹੈ ਸੋ ਥੈਟ ਕਿ ਲੋਕਾਂ ਨੂੰ ਇਸ ਬਾਰੇ ਅਵੇਅਰਨੈਸ ਕਰਵਾਇਆ ਜਾ ਸਕੇ ਐਂਡ ਉਸ ਗ੍ਰੀਨ ਹਾਊਸ ਗੈਸ ਦੇ ਜਿਹੜੇ ਪ੍ਰਭਾਵ ਉਹਨਾਂ ਨੂੰ ਘਟਾਇਆ ਜਾ ਸਕੀ ਐਂਡ ਇਸ ਦੇ ਲਈ ਦੇਖੋ ਸਰਕਾਰ ਵੱਲੋਂ ਜਰਮਨੀ ਦੀ ਹੈਲਪ ਵੀ ਲਈ ਜਾਊਗੀ ਦੇਖੋ ਆਪਾਂ ਆਪਾਂ ਨੂੰ ਪਤਾ ਕਿ ਸੀਐਮ ਭਗਵੰਤ ਮਾਨ ਜੀ ਪਿੱਛੇ ਸਮੇਂ ਜਰਮਨੀ ਦੇ ਵਿੱਚ ਗਏ ਸੀ ਸੋ ਉੱਥੇ ਜਾ ਕੇ ਉਹਨਾਂ ਵੱਲੋਂ ਜਿਹੜੀਆਂ ਇਸ ਲਾਈਨ ਦੇ ਵਿੱਚ ਹੋਰ ਜ਼ਿਆਦਾ ਰੈਵੋਲੂਸ਼ਨਾਈਜ਼ ਕਰਨ ਦੇ ਲਈ ਸਮਝੌਤੇ ਕੀਤੇ ਗਏ ਨੇ ਨੈਕਸਟ ਹੈਗਾ ਜੀ ਕਿ ਪੰਜਾਬ ਟੂ ਸਟੈਬਲਿਸ਼ ਬਾਲਕਰ ਇਨ ਐਵਰੀ ਡਿਸਟ੍ਰਿਕਟ ਅੰਡਰ ਮਿਸ਼ਨ ਵਤਸਾਲਿਆ ਦਿਸ ਇਜ਼ ਰੀਲੀ ਰੀਲੀ ਇੰਪੋਰਟੈਂਟ ਦੇਖੋ ਮਿਸ਼ਨ ਵਤਸਾਲਿਆ ਦੇਖੋ ਬਹੁਤ ਇੰਪੋਰਟੈਂਟ ਇੱਕ ਸਕੀਮ ਹੈਗੀ ਹੈ ਸੈਂਟਰਲ ਗਵਰਨਮੈਂਟ ਦੀ ਸੈਂਟਰਲੀ ਸਪੌਂਸਰਡ ਸਕੀਮ ਹੈ ਇਹ ਇਸ ਸਕੀਮ ਦੇ ਵਿੱਚ ਸਰਕਾਰ ਦੇ ਵੱਲੋਂ ਬੱਚਿਆਂ ਦੇ ਵਿਕਾਸ ਦੇ ਲਈ ਉਪਰਾਲੇ ਕੀਤੇ ਜਾਂਦੇ ਆ ਐਂਡ ਇਹ ਜਿਹੜੀ ਸਕੀਮ ਹੈਗੀ ਹੈ ਇਹ ਮਿਨਿਸਟਰੀ ਆਫ ਔਮਨ ਐਂਡ ਚਾਈਲਡ ਡਿਵੈਲਪਮੈਂਟ ਦੇ ਅੰਡਰ ਨੈਕਸਟ ਹੈਗਾ ਜੀ ਕਿ ਵਰਲਡ ਕਲਾਸ ਵਾਟਰ ਸਪੋਰਟਸ ਹਬ ਜਿਹੜਾ ਹੈਗਾ ਉਹ ਪੰਜਾਬ ਦੇ ਰੂਪ ਰੂਪਨਗਰ ਡਿਸਟ੍ਰਿਕਟ ਡਿਵੀਜ਼ਨ ਇਸਟੈਬਲਿਸ਼ ਕੀਤਾ ਜਾਊਗਾ ਐਂਡ ਕਿਹੜੀ ਰਿਵਰ ਦੇ ਉੱਪਰ ਇਹ ਸਟੈਬਲਿਸ਼ ਕੀਤਾ ਜਾਊਗਾ ਸਤਲੁਜ ਰਿਵਰ ਦੇ ਉੱਪਰ ਦੇਖੋ ਸਤਲੁਜ ਰਿਵਰ ਬਾਰੇ ਆਪਾਂ ਨੂੰ ਪਤਾ ਹੈ ਕਿ ਇਹ ਪੰਜਾਬ ਦੀ ਸਭ ਤੋਂ ਵੱਡੀ ਨਦੀ ਹੈ ਐਂਡ ਇਹ ਪੰਜਾਬ ਦੇ ਮਿਡਲ ਦੇ ਵਿੱਚੋਂ ਪਾਸ ਹੁੰਦੀ ਆ ਆ ਸਤਲੁਜ ਰਿਵਰ ਆ ਰਹੀ ਹੈ ਇਧਰੋਂ ਇਧਰੋਂ ਬਿਆਸ ਰਿਵਰ ਆ ਰਹੀ ਹੈ ਦੋਨੇ ਇੱਥੇ ਹਰੀਕੇਰ ਜਾ ਕੇ ਕੀ ਹੁੰਦੀਆਂ ਮਿਲਦੀਆਂ ਨੇ ਤੁਸੀਂ ਹੁਣ ਇਹ ਜਾਣਨ ਦੀ ਕੋਸ਼ਿਸ਼ ਕਰਨੀ ਹੈ ਕਿ ਪੰਜਾਬ ਦੇ ਕਿਹੜੇ ਕਿਹੜੇ ਡਿਸਟ੍ਰਿਕਟ ਜਿਹੜੇ ਹੈਗੇ ਆ ਉਹ ਸਤਲੁਜ ਰਿਵਰ ਦੇ ਆਲੇ ਦੁਆਲੇ ਸਟੇਟਿਡ ਐਂਡ ਆਲਸੋ ਕਿਹੜੇ ਕਿਹੜੇ ਜਿਹੜੇ ਡਿਸਟ੍ਰਿਕਟ ਆ ਉਹ ਬਿਆਸ ਰਿਵਰ ਦੇ ਆਲੇ ਦੁਆਲੇ ਲੋਕੇਟਡ ਹੈਗੇ ਨੇ ਨੈਕਸਟ ਹੈਗਾ ਜੀ ਕਿ ਬਲਬੀਰ ਸਿੰਘ ਸੀਨੀਅਰ ਵਜੀਫਾ ਸਕੀਮ ਜਿਹੜੀ ਹੈਗੀ ਉਹ ਪੰਜਾਬ ਦੇ ਵਿੱਚ ਸਟਾਰਟ ਕੀਤੀ ਜਾਊਗੀ ਐਂਡ ਇਸ ਸਕੀਮ ਦੇ ਅੰਦਰ 8000 ਰੁਪਿਆ ਪਰ ਮਹੀਨਾ ਜਿਹੜਾ ਵਜੀਫਾ ਦਿੱਤਾ ਜਾਊਗਾ ਦੇਖੋ ਬਲਬੀਰ ਸਿੰਘ ਸੀਨੀਅਰ ਜੀ ਬਾਰੇ ਜਨਣਾ ਜ਼ਰੂਰੀ ਹੈ ਇਹ ਕਿਹੜੀ ਗੇਮ ਨਾਲ ਰਿਲੇਟਡ ਸੀਗੇ ਇਹ ਸੀਗੇ ਜੀ ਹਾਕੀ ਨਾਲ ਰਿਲੇਟਡ ਨੈਕਸਟ ਜੀ ਕਿ ਮਿਲਕ ਫੈਡ ਟੂ ਆਗਮੈਂਟ ਮਿਲਕ ਫੈਡ ਇੱਥੇ ਇੰਪੋਰਟੈਂਟ ਹੈ ਇਹ ਇੱਕ ਕੀ ਪੁਆਇੰਟ ਇੱਥੇ ਮਿਲਕ ਫੈਡ ਟੂ ਆਗਮੈਂਟ ਸਪਲਾਈ ਆਫ ਮਿਲਕ ਟੂ ਡੈਲੀ ਇਹ ਡੈਲੀ ਇੱਥੇ ਇੰਪੋਰਟੈਂਟ ਹੈ 40000 ਲੀਟਰ ਟੂ 2 ਲੱਖ ਲੀਟਰ ਮਿਲਕ ਫੈਡ ਜੋ ਕਿ ਪੰਜਾਬ ਦੀ ਇੱਕ ਏਜੰਸੀ ਹੈ ਉਹ ਦਿੱਲੀ ਨੂੰ ਜਿਹੜੀ ਉਹਦੀ ਸਪਲਾਈ ਹੈ ਉਹ ਵਧਾ ਕੇ ਹੁਣ 2 ਲੱਖ ਲੀਟਰ ਕਰੂਗੀ ਨੈਕਸਟ ਹੈਗਾ ਜੀ ਕਿ ਪੰਜਾਬ ਗਵਰਨਮੈਂਟ ਵੱਲੋਂ ਦਿੱਲੀ ਗਵਰਨਮੈਂਟ ਨਾਲ ਪੈਕਟ ਸਾਈਨ ਕੀਤਾ ਗਿਆ ਸੀ ਇਸ ਪੈਕਟ ਦੇ ਅੰਦਰ ਜਿਹੜੀ ਪੰਜਾਬ ਦੀ ਏਜੰਸੀ ਹੈ ਵੇਰਕਾ ਉਹ ਹੋਰ ਜਿਹੜੇ ਨਵੇਂ ਆਊਟਲੈਟਸ ਆ ਉਹ ਦਿੱਲੀ ਵਿਖੇ ਖੋਲੋਗੇ ਨੈਕਸਟ ਹੈਗਾ ਜੀ ਸਟੇਟ ਆਫ ਦੀ ਆਰਟ ਮਿਲਕ ਪ੍ਰੋਸੈਸਿੰਗ ਐਂਡ ਬਟਰ ਮਿਲਕ ਪਲੈਂਟ ਆਫ ਵੇਰਕਾ ਓਪਨਡ ਐਟ ਲੁਧਿਆਣਾ ਦੇਖੋ ਇੱਥੇ ਆ ਚੀਜ਼ ਤੁਹਾਡੇ ਜਾਣਣੇ ਜ਼ਰੂਰੀ ਹੈ ਜੇ ਅਸੀਂ ਆਪਾਂ ਗੱਲ ਕਰਦੇ ਆਂ ਪੰਜਾਬ ਦੀ ਦੁੱਧ ਉਤਪਾਦਨ ਦੇ ਪੱਖੋਂ ਤਾਂ ਪੰਜਾਬ ਦੇਖੋ ਸਾਰੇ ਦੇਸ਼ ਦੇ ਵਿੱਚ 5ਵੇਂ ਨੰਬਰ ਤੇ ਆਉਂਦਾ ਹੈ ਜੇ ਫਰਸਟ ਨੰਬਰ ਦੀ ਗੱਲ ਕਰਦੇ ਤਾਂ ਫਰਸਟ ਤੇ ਕੌਣ ਆ ਜੀ ਯੂਪੀ ਯੂਪੀ ਦੇ ਵਿੱਚ ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਦੁੱਧ ਉਹ ਪ੍ਰੋਡਿਊਸ ਹੁੰਦਾ ਨੈਕਸਟ ਹੈਗਾ ਜੀ ਇੰਡੀਆਜ਼ ਲਾਰਜੇਸਟ ਬਾਇਓ ਐਨਰਜੀ ਪਲੈਂਟ ਜਿਹੜਾ ਹੈਗਾ ਉਹ ਸਟੈਬਲਿਸ਼ ਕੀਤਾ ਗਿਆ ਸੰਗਰੂਰ ਦੇ ਵਿੱਚ ਇਹ ਦੇਖੋ 20 ਏਕੜ ਦੇ ਵਿੱਚ ਜਿਹੜਾ ਹੈਗਾ ਸਟੈਬਲਿਸ਼ ਕੀਤਾ ਗਿਆ ਐਂਡ ਨੀਅਰਲੀ ਮੋਰ ਦੈਨ 300 ਕਰੋੜ ਜਿਹੜੀ ਇਹ ਕੋਸਟ ਆਊਗੀ ਜਦੋਂ ਇਹਦੀ ਕੈਪੈਸਿਟੀ ਦੀ ਗੱਲ ਕਰਦੇ ਆਂ ਸਤੇਤੀ ਟਨ ਦੇਖੋ ਪਰ ਡੇ ਦੀ ਕੈਪੈਸਿਟੀ ਹੈ ਐਂਡ ਪਰ ਐਨੂ ਮੇ ਦੀ ਕੈਪੈਸਿਟੀ ਕਿੰਨੀ ਹੋਊਗੀ 550 ਟਨ ਨੈਕਸਟ ਆ ਗਿਆ ਜੀ ਕਿ ਪਾਵਰ ਆਫ ਅਪਰੂਵਲ ਆਫ ਬਿਲਡਿੰਗ ਪਲਾਨਸ ਐਂਡ ਗ੍ਰਾਂਟ ਆਫ ਕੰਪਲੀਸ਼ਨ ਸਰਟੀਫਿਕੇਟ ਆਫ ਸਟੈਂਡ ਅਲੋਨ ਇੰਡਸਟਰੀਜ਼ ਆਊਟਸਾਈਡ ਐਮਸੀ ਲਿਮਿਟ ਇਟ ਮੀਨਸ ਕਿ ਉਹ ਇੰਡਸਟਰੀਜ਼ ਜਿਹੜੀਆਂ ਕਿ ਮਿਊਸਪਲ ਕਾਰਪੋਰੇਸ਼ਨ ਦੇ ਲਿਮਿਟਸ ਤੋਂ ਬਾਹਰ ਨੇ ਉਹਨਾਂ ਦੇ ਵਿੱਚ ਜਿਹੜੀ ਪਾਵਰ ਅਪਰੂਵਲ ਆ ਉਹ ਕਿਹਨੂੰ ਡੈਲੀਗੇਟ ਕਰ ਦਿੱਤੀ ਗਈ ਹੈ ਹੁਣ ਡਾਇਰੈਕਟਰ ਆਫ ਫੈਕਟਰੀਜ਼ ਨੂੰ ਐਂਡ ਇਹ ਕਿਹੜੇ ਐਕਟ ਦੇ ਅੰਡਰ ਕੀਤਾ ਗਿਆ ਜੀ ਅੰਡਰ ਪੰਜਾਬ ਅਰਬਨ ਪਲੈਨਿੰਗ ਐਂਡ ਡਿਵੈਲਪਮੈਂਟ ਬਿਲਡਿੰਗ ਰੂਲਸ ਆਫ 2021 ਨੈਕਸਟ ਹੈਗਾ ਜੀ ਆਸ਼ੀਰਵਾਦ ਸਕੀਮ ਆਸ਼ੀਰਵਾਦ ਸਕੀਮ ਦੇਖੋ ਪੰਜਾਬ ਸਰਕਾਰ ਦੀ ਇੱਕ ਸਕੀਮ ਹੈ ਇਸ ਸਕੀਮ ਦੇ ਵਿੱਚ ਦੇਖੋ ਸਰਕਾਰ ਵੱਲੋਂ 51000 ਰੁਪਏ ਦਿੱਤੇ ਜਾਂਦੇ ਨੇ ਗਰੀਬ ਪਰਿਵਾਰਾਂ ਦੀਆਂ ਕੁੜੀਆਂ ਦੇ ਵਿਆਹ ਦੇ ਲਈ ਠੀਕ ਹੈ ਜੀ ਐਂਡ ਜੋ ਉਹ ਕੁੜੀ ਹੋਣੀ ਚਾਹੀਦੀ ਆ ਉਹ ਲੋਅਰ ਇਨਕਮ ਗਰੁੱਪ ਨੂੰ ਬਿਲੋਂਗ ਕਰਦੀ ਹੋਣੀ ਚਾਹੀਦੀ ਆ ਜੇ ਤੁਹਾਨੂੰ ਕੰਡੀਸ਼ਨਸ ਦੀ ਗੱਲ ਕਰਦੇ ਆਂ ਦੇਖੋ ਤਾਂ ਕੰਡੀਸ਼ਨਸ ਇਹ ਹੈਗੀਆਂ ਕਿ ਜੋ ਐਪਲੀਕੈਂਟ ਆ ਉਹ ਪੰਜਾਬ ਦਾ ਰੈਜ਼ੀਡੈਂਟ ਹੋਣਾ ਚਾਹੀਦਾ ਐਂਡ ਉਹ ਬਿਲੋ ਪਾਵਰਟੀ ਲਾਈਨ ਨੂੰ ਸੰਬੰਧ ਰੱਖਦਾ ਹੋਣਾ ਚਾਹੀਦਾ ਉਹ ਪਰਸਨ ਈਦਰ A ਸੀ ਕੈਟਾਗਰੀ ਦਾ ਹੋ ਸਕਦਾ ਉਹ ਪਰਸਨ ਈਦਰ B ਸੀ ਕੈਟਾਗਰੀ ਦਾ ਹੋ ਸਕਦਾ ਔਰ ਉਹ ਪਰਸਨ ਈਦਰ ਈਡਬਲਯੂਐਸ ਕੈਟਾਗਰੀ ਦਾ ਵੀ ਹੋ ਸਕਦਾ ਐਂਡ ਇਸ ਸਕੀਮ ਦੇ ਵਿੱਚ ਦੇਖੋ ਜਿਹੜੀ ਐਨੂਅਲ ਇਨਕਮ ਆ ਉਹ 32790 ਤੋਂ ਘੱਟ ਹੋਣੀ ਚਾਹੀਦੀ ਹੈ ਇੱਕ ਹੋਰ ਗੱਲ ਕਿ ਇੱਕ ਫੈਮਿਲੀ ਤੋਂ ਸਿਰਫ ਦੋ ਹੀ ਕੁੜੀਆਂ ਇਸ ਸਕੀਮ ਦੇ ਲਈ ਐਲੀਜੀਬਲ ਨੈਕਸਟ ਹੈਗਾ ਜੀ ਮੈਕਸੀਪਾ ਦੇ ਬਾਰੇ ਮੈਕਸੀਪਾ ਜਿਹਦੀ ਫੁੱਲ ਫਾਰਮ ਹੈਗੀ ਹੈ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ ਜੋ ਕਾਫੀ ਸੁਰੱਖਿਆ ਦੇ ਵਿੱਚ ਰਹੀ ਸੀ ਇਹਦਾ ਹੈੱਡ ਕੁਆਰਟਰ ਕਿੱਥੇ ਹੈ ਜੀ ਚੰਡੀਗੜ੍ਹ ਦੇ ਵਿੱਚ ਇਹ ਤੁਹਾਡੇ ਲਈ ਜਨਣਾ ਜ਼ਰੂਰੀ ਹੈ ਇੱਕ ਸੌਫਟਵੇਅਰ ਟੈਕਨੋਲੋਜੀ ਪਾਰਕ ਦੇਖੋ ਇਹ ਵੀ ਜਿਹੜਾ ਹੈਗਾ ਨਿਊਜ਼ ਦੇ ਵਿੱਚ ਰਿਹਾ ਸੀ ਇਹ ਪੰਜਾਬ ਚ ਕਿੱਥੇ ਲੋਕੇਟਡ ਹੈ ਮਹਾਲੀ ਵਿਖੇ ਨੈਕਸਟ ਹੈਗਾ ਜੀ ਕਿ ਇਨਵੈਸਟ ਪੰਜਾਬ ਸਮਿਟ ਦੇਖੋ ਪੰਜਾਬ ਸਰਕਾਰ ਇਹ ਚਾਹੁੰਦੀ ਹੈ ਕਿ ਵਰਤਮਾਨ ਜਿਹੜੇ ਇਨਵੈਸਟਰ ਆ ਉਹ ਪੰਜਾਬ ਦੇ ਵਿੱਚ ਆਉਣ ਪੰਜਾਬ ਦੇ ਇਨਵੈਸਟ ਕਰਨ ਅਤੇ ਪੰਜਾਬ ਦੀ ਇਕਨੋਮੀ ਨੂੰ ਅਪਲਿਫਟ ਕਰਨ ਸੋ ਇਸ ਚਿਰ ਧਿਆਨ ਦੇ ਵਿੱਚ ਰੱਖ ਕੇ ਪੰਜਾਬ ਸਰਕਾਰ ਦੁਆਰਾ ਫਰਵਰੀ 2023 ਦੇ ਵਿੱਚ ਪੰਜਾਬ ਇਨਵੈਸਟ ਸਮਿਟ ਜਿਹੜੀ ਹੈਗੀ ਹੈ ਉਹ ਕਰਵਾਈ ਜਾ ਰਹੀ ਹੈ ਸੋ ਇੱਥੇ ਤੁਹਾਡੇ ਲਈ ਇਹ ਵੀ ਜਾਨਣਾ ਜ਼ਰੂਰੀ ਹੋ ਜਾਂਦਾ ਕਿ CEO ਆਫ ਇਨਵੈਸਟ ਪੰਜਾਬ ਕੌਣ ਹੈ ਦੇਖੋ ਇਨਵੈਸਟ ਪੰਜਾਬ ਇੱਕ ਪੰਜਾਬ ਦੀ ਆਰਗੇਨਾਈਜੇਸ਼ਨ ਹੈ ਜੋ ਕਿ ਪੰਜਾਬ ਦੇ ਵਿੱਚ ਜਿਹੜੇ ਪਰਸਨ ਇਨਵੈਸਟ ਕਰਨਾ ਚਾਹੁੰਦੇ ਨੇ ਉਹਨਾਂ ਨਾਲ ਡੀਲ ਕਰਦੀ ਹੈ ਐਂਡ ਇਹਦੇ CEO ਨੇ ਕਮਲ ਕਿਸ਼ੋਰ ਯਾਦਵ ਸੋ ਦੈਟਸ ਆਲ ਫॉर ਟੂਡੇ ਇਹ ਜਿਹੜੇ ਬਾਕੀ ਦੇ ਇਹਦੇ ਦੇਖੋ ਅਕਤੂਬਰ ਦੇ ਕਰੰਟ ਅਫੇਅਰ ਰਹਿ ਗਏ ਨੇ ਉਹ ਆਪਾਂ ਪਾਰਟ 2 ਦੇ ਵਿੱਚ ਡਿਸਕਸ ਕਰਾਂਗੇ ਸੋ ਜੇਕਰ ਤੁਹਾਨੂੰ ਕੋਈ ਵੀ ਡਾਊਟ ਹੋਵੇ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਰੇਜ਼ ਕਰ ਸਕਦੇ ਹੋ ਸੋ ਐਂਡ ਦੇ ਵਿੱਚ ਇਹੀ ਕਹਿਣਾ ਚਾਹੂੰਗਾ ਜੀ ਸਿੱਖਦੇ ਰਹੋ ਸਿਖਾਉਂਦੇ ਰਹੋ ਅੱਗੇ ਵਧਦੇ ਰਹੋ ḍo like share and subscribe thank you